ਤੇ ਬ੍ਰੇਕ ਤੋਂ ਬਾਅਦ ਤੁਹਾਡੇ ਸਾਰਿਆਂ ਦਾ ਸਵਾਗਤ ਹੈ। ਅਸੀਂ ਗੱਲ ਕਰ ਰਹੇ ਹਾਂ ਕਮਿਸ਼ਨ ਬਣਾਉਣ ਦੀ ਤਜਵੀਜ਼ ਜਿਹੜੀ ਹੈ ਪੰਜਾਬ ਦੇ ਵਿੱਚ ਰੱਖੀ ਜਾ ਰਹੀ ਹੈ ਕਿ ਜੋ ਕਿ ਹੁਣ ਇਹਨਾਂ ਲਚਰ ਗਾਇਕੀ ਨੂੰ ਔਰ ਜਿਹੜੇ ਸ਼ਬਦਾਵਲੀ ਵਰਤੀ ਜਾਂਦੀ ਹੈ ਗਾਣਿਆਂ ਦੇ ਵਿੱਚ ਉਹਦੇ ਉੱਤੇ ਆਪਣੀ ਕਮਾਨ ਸੰਭਾਲੇਗੀ ਜਾਂ ਫਿਰ ਨਕੇਲ ਕੱਸੇਗੀ, ਇਹ ਤੇ ਆਉਣ ਵਾਲਾ ਸਮਾਂ ਦੱਸੇਗਾ। ਤੇ ਵੱਖ ਵੱਖ ਪ੍ਰਤੀਕਿਰਿਆ ਜਿਹੜੀਆਂ ਆਉਣੀਆਂ ਸ਼ੁਰੂ ਹੋ ਚੁੱਕੀਆਂ ਹਨ ਗਾਇਕਾਂ ਦੀ, ਸਿੰਗਰਾਂ ਦੀ, ਜੋ ਕਿ ਕਈ ਸਪੋਰਟ ਕਰ ਰਹੇ ਹਨ, ਕਈ ਪੁੱਛਣਾ ਚਾਹੁੰਦੇ ਹਨ ਕਿ ਵਟ ਇਜ਼ ਦੀ ਡੈਫੀਨੇਸ਼ਨ ਆਫ ਵਲਗੈਰਿਟੀ, ਆਈ ਐਮ ਇਨ ਸਪੋਰਟ ਆਫ ਦਿਸ ਕਮਿਸ਼ਨ ਬਟ ਦੇ ਨੀਡ ਟੂ ਇਨਫੋਰਮ ਅਸ ਵਟ ਇਜ਼ ਅਸੈਪਟੇਬਲ ਐਂਡ ਵਟ ਇਜ਼ ਨੋਟ। ਇਹ ਕਿਹਾ ਗਿਆ ਹੈ ਦਿਲਬਾਗ ਸਿੰਘ ਜੋ ਕਿ ਸਿੰਗਰ ਨੇ ਔਰ ਬਹੁਤ ਹੀ ਸੋਹਣਾ ਲਿਖਦੇ ਵੀ ਹਨ ਔਰ ਬਹੁਤ ਹੀ ਸੋਹਣਾ ਗਾਉਂਦੇ ਵੀ ਹਨ, ਮੇਰੇ ਨਾਲ ਫੋਨ ਲਾਈਨ 'ਤੇ ਮੌਜੂਦ ਹਨ ਇਸ ਟਾਈਮ, ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਇਸ ਮੁਤਲਕ ਉਹ ਕੀ ਕਹਿਣਾ ਚਾਹੁੰਦੇ ਨੇ। ਦਿਲਬਾਗ ਵੀ ਵੈਲਕਮ ਯੂ ਔਨ ਆਰ ਸ਼ੋਅ, ਅੱਜ ਦਾ ਮੁੱਦਾ ਕੀ ਹਾਲ ਹੈ ਤੁਹਾਡਾ? ਠੀਕ ਹੋ? ਯੈਸ, ਵੈਰੀ ਨਾਈਸ ਦਿਲਬਾਗ ਜੀ। ਮੈਂ ਤੁਹਾਡਾ ਓਪਨਿੰਗ ਕਮੈਂਟ ਜਾਨਣਾ ਚਾਹਾਂਗਾ ਇਸ ਮੁਤਲਕ ਜਿਹੜੀ ਕਮਿਸ਼ਨ ਦੀ ਹੁਣ ਤਜਵੀਜ਼ ਰੱਖੀ ਜਾ ਰਹੀ ਹੈ ਪੰਜਾਬ ਦੇ ਵਿੱਚ। ਜੀ, ਇਹ ਮੈਨੂੰ ਵੱਖ ਵੱਖ ਜਿੰਨੀ ਵੀ ਨਿਊਜ਼ ਏਜੰਸੀਆਂ ਨੇ ਜਾਂ ਨਿਊਜ਼ ਪੇਪਰ ਨੇ ਜਾਂ ਟੀਵੀ, ਸਭ ਤੋਂ ਮੈਨੂੰ ਫੋਨ ਆਇਆ, ਸਭ ਨੂੰ ਮੈਂ ਇੱਕੋ ਗੱਲ ਬੋਲੀਏ ਕਿ ਵੀ ਆਰ ਰੈਡੀ ਫੋਰ ਦਿਸ, ਅਸੀਂ ਸਭ ਤਿਆਰ ਹਾਂ, ਮੈਂ ਵੀ ਤਿਆਰ ਹਾਂ, ਬਾਕੀ ਲੋਕ ਵੀ ਤਿਆਰ ਨੇ, ਜੋ ਨਹੀਂ ਤਿਆਰ ਨੇ ਉਹ ਵੀ ਹੋ ਜਾਣਗੇ, ਪਰ ਇਹ ਪਹਿਲੇ ਸਾਨੂੰ ਸਮਝਾਉਣਾ ਪਏਗਾ ਕੀ ਵਲਗੈਰਿਟੀ ਦੇ ਵਿੱਚ ਤੁਸੀਂ ਕਿਹੜੇ ਕਿਹੜੇ ਵਰਡ ਵਲਗੈਰਿਟੀ 'ਚ ਪਾਉਂਦੇ ਹੋ, ਬਿਕੋਜ਼ ਅਗਰ ਤੁਸੀਂ ਸ਼ਰਾਬ ਨੂੰ ਵਲਗੈਰਿਟੀ 'ਚ ਪਾਉਂਦੇ ਹੋ ਤਾਂ ਉਹ ਵੀ ਉਹ ਮੇਰੇ ਸਾਹਮਣੇ ਤਾਂ ਉਹ ਸਹੀ ਨਹੀਂ ਹੈ। ਅਗਰ ਤੁਸੀਂ ਕਿਸੇ ਕੁੜੀ ਦੇ, ਕਿਉਂਕਿ ਕੁੜੀ ਦੀ ਤਾਰੀਫ ਹੈ, ਉਹਨੂੰ ਅਗਰ ਵਲਗੈਰਿਟੀ ਮੰਨੀ ਜਾਏਗੀ ਤਾਂ ਉਹ ਵੀ ਗਲਤ ਹੈ। ਪਰ ਅਗਰ ਤੁਸੀਂ ਜੋ ਸਭ ਤੋਂ ਜ਼ਿਆਦਾ ਮੈਨੂੰ ਚੀਜ਼ ਜੋ ਮੈਨੂੰ ਅਜੀਬ ਲੱਗਦੀ ਸਾਡੀ ਆਪਣੇ ਪੰਜਾਬੀ ਗਾਇਕੀ ਦੇ ਵਿੱਚ, ਉਹ ਲੱਗਦੀ ਹੈ ਕਿ ਅਸੀਂ ਹਥਿਆਰਾਂ ਉੱਪਰ ਗਾਣੇ ਬੜੇ ਗਾਉਂਦੇ ਹਾਂ, ਉਹ ਮੈਨੂੰ ਉਹ ਜ਼ਿਆਦਾ ਡੇਂਜਰਸ ਹੈ ਬਜਾਏ ਅਸੀਂ ਕਿਸੇ ਨਸ਼ੇ ਦੇ ਖਿਲਾਫ਼ ਗੱਲ ਕਰੀਏ, ਉਸ ਤੋਂ ਜ਼ਿਆਦਾ। ਲੇਕਿਨ ਹੁਣ ਤਾਂ ਸ਼ਰੇਆਮ ਦਿਲਬਾਗ ਜੀ, ਹੁਣ ਤਾਂ ਸ਼ਰੇਆਮ ਭੰਗ ਦੀ ਗੱਲ ਹੁੰਦੀ ਹੈ, ਤੁਹਾਨੂੰ ਲੱਗਦਾ ਸ਼ਰਾਬ ਵੀ ਲੱਚਰ ਗਾਇਕੀ ਦੇ ਵਿੱਚ ਨਹੀਂ ਆਉਂਦੀ ਜਿਸ ਤਰੀਕੇ ਨਾਲ ਸ਼ਰਾਬ ਦੀਆਂ ਬੋਤਲਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ? ਬਿਲਕੁਲ ਆਉਂਦੀ ਹੈ, ਮਤਲਬ ਕੀ ਅਸੀਂ ਸੁਣਿਆ ਦੇ ਰਹੇ ਹਾਂ ਇਹਦੇ ਵਿੱਚ ਸਾਡੀ ਆਪਣੀ ਆਡੀਅੰਸ ਹੀ ਉਹ ਸਾਡੇ ਲੋਕਾਂ ਦੀ ਹੀ ਗਲਤੀ ਹੈ। ਦੇਖੋ ਤੁਸੀਂ ਭੰਗ ਸ਼ਰਾਬ ਜਿਹੜੇ ਕਾਫੀ ਰੈਪਰ ਜਿਹੜੇ ਨੇ ਉਹ ਇਹੀ ਯੂਜ਼ ਕਰਦੇ ਨੇ, ਭੰਗ ਸ਼ਰਾਬ ਨਸ਼ਾ, ਉਹਨਾਂ ਲੋਕਾਂ ਨੂੰ ਰੋਕਣਾ ਚਾਹੀਦਾ ਬਜਾਏ ਉਸਦੇ ਉਹਨਾਂ ਨੂੰ ਰੋਕਣ ਦੇ, ਲੋਕੀ ਉਹਨਾਂ ਨੂੰ ਸਪੋਰਟ ਕਰਦੇ ਨੇ ਵਿਚ ਇਜ਼ ਰੋਂਗ, ਤੁਸੀਂ ਉਹਨਾਂ ਨੂੰ ਸਪੋਰਟ ਨਾ ਕਰੋ। ਹਾਲ ਮੇਰਾ ਵੀ ਗਾਣਾ ਹੈ, ਥੋੜ੍ਹੀ ਜਿਹੀ ਨਹੀਂ ਪੀਤੀ ਹੈ, ਪਰ ਮੈਂ ਉਹਦੇ ਵਿੱਚ ਚੋਰੀ ਨਹੀਂ ਕੀਤੀ, ਮੈਂ ਉਹਦਾ ਇੱਕ ਪਨੀਰ ਵਰਜਨ ਬਣਾਇਆ, ਲੇਕਿਨ ਉਹਦੇ ਵਿੱਚ ਮੈਂ ਇਹ ਨਹੀਂ ਕਹਿ ਰਿਹਾ ਕਿ ਸ਼ਰਾਬ ਪੀਓ, ਨਾਲ ਮੈਂ ਕਹਿ ਵੀ ਨਾ ਕਿ ਘੁੰਮਣਾ ਚਾਹੀਦਾ, ਵੈਸੇ ਮੈਂ ਉਹਦੇ ਵਿੱਚੋਂ ਬੋਲਿਆ ਉਹ ਤੁਸੀਂ ਲਿਰਿਕਸ ਸੁਣੋ ਬੜੇ ਗੌਰ ਨਾਲ, ਤਾਂ ਉਹਦੇ ਵਿੱਚ ਮੈਂ ਇਹ ਬੋਲ ਰਿਹਾ ਕਿ ਵੈਸੇ ਤਾਂ ਮੈਂ ਪੀਤਾ ਨਹੀਂ ਪੀਂਦਾ ਨਹੀਂ, ਪਰ ਮੈਂ ਇਹ ਨਹੀਂ ਕਹਿ ਰਿਹਾ ਕਿਸੇ ਨੂੰ ਤੁਸੀਂ ਪੀਓ, ਲੇਕਿਨ ਜਿਹੜੀ ਇਹ ਵਲਗੈਰਿਟੀ ਹੈ ਇਹਦੇ ਬਾਰੇ ਤੁਹਾਨੂੰ ਇੱਕ ਵਾਰ ਤੇ ਮਾਪਦੰਡ ਬਣਾਉਣੇ ਪੈਣਗੇ, ਉਹ ਸਭ ਤੋਂ ਪਹਿਲੇ ਰਾਈਟਰਾਂ ਨੂੰ ਇਹ ਦੱਸਣਾ ਪਏਗਾ, ਲਿਖਣ ਵਾਲਿਆਂ ਨੂੰ, ਕਿ ਲਿਖਾਰੀਆਂ ਨੂੰ, ਕਿ ਤੁਸੀਂ ਇਹ ਗੱਲਾਂ ਨਹੀਂ ਲਿਖਣੀਆਂ ਨੇ, ਇਹ ਵਰਡ ਨਹੀਂ ਹੋਣਗੇ, ਤਾਂ ਬਜਾਏ ਜੇ ਆਪਾਂ ਸਾਡੇ ਨਾਲ ਹੁੰਦਾ ਕੀ ਅਸੀਂ ਜਦੋਂ ਗਾਣਾ ਬਣਾ ਲੈਂਦੇ ਹਾਂ ਆਡੀਓ ਨਹੀਂ, ਮਤਲਬ ਵਟ ਵੀ ਵਾਂਟ ਟੂ ਡਿਲੀਵਰ, ਆਪਣੀ ਪੀਤਾ ਹੂੰ ਕਿਸੀ ਕੀ ਬਾਪ ਕੀ ਨਹੀਂ, ਵਟ ਇਜ਼ ਦਿਸ ਆਲ, ਮਤਲਬ ਕੀ ਲੱਗਦਾ ਤੁਹਾਨੂੰ ਕਿ ਕਿਸ ਪਾਸੇ ਅਸੀਂ ਜੋੜ ਰਹੇ ਹਾਂ ਆਪਣੇ ਸਮਾਜ ਨੂੰ, ਆਪਣੇ ਬੱਚਿਆਂ ਨੂੰ, ਆਪਣੀ ਨਵੀਂ ਪਨੀਰੀ ਨੂੰ, ਯੂਥ ਨੂੰ ਕਿਸ ਪਾਸੇ ਲੈ ਕੇ ਜਾ ਰਹੇ, ਕਿਸ ਦਿਸ਼ਾ ਵੱਲ ਲੈ ਕੇ ਜਾ ਰਹੇ? ਬਿਲਕੁਲ ਗਲਤ ਪਾਸੇ ਲੈ ਕੇ ਜਾ ਰਹੇ ਹਾਂ, ਇਹ ਤੇ ਮੈਨੂੰ ਪੂਰੇ ਤਰੀਕੇ ਨਾਲ ਗੱਲ ਨੂੰ ਪਤਾ ਹੈ, ਅਸੀਂ ਸਮਝਦੇ ਹਾਂ ਇਸ ਗੱਲ ਨੂੰ, ਪਰ ਗੱਲ ਇਹ ਹੈ ਕਿ ਮੈਂ ਰਮਜੋ ਕਹਿਣਾ ਚਾਹੁੰਦਾ ਸੀ ਉਹ ਇਹ ਸੀ ਕਿ ਬਜਾਏ ਅਸੀਂ ਇਸ ਸਾਡੇ ਨਾਲ ਹੁੰਦਾ ਕਿ ਅਸੀਂ ਪਹਿਲੇ ਆਡੀਓ ਬਣਾਉਂਦੇ ਹਾਂ ਗਾਣਾ, ਰਾਈਟਰ ਕੋਲ ਲੈਂਦੇ ਹਾਂ, ਉਹਦਾ ਮਿਊਜ਼ਿਕ ਵੀਡੀਓ ਬਣਾਉਂਦੇ ਹਾਂ, ਆਡੀਓ ਬਣਾਉਂਦੇ ਹਾਂ, ਦੈਨ ਉਹਨੂੰ ਰਿਲੀਜ਼ ਕਰਦੇ ਹਾਂ, ਤਾਂ ਉਹ ਸੈਂਸਰ ਹੁੰਦਾ ਹੈ। ਪਰ ਹੋਣਾ ਇਹ ਚਾਹੀਦਾ ਹੈ ਕਿ ਜਿਹੜਾ ਲਿਰਿਕਸ ਨੇ ਪਹਿਲੇ ਉਹ ਸੈਂਸਰ ਹੋਣ, ਫਿਰ ਗਾਣਾ ਰਿਕਾਰਡ ਹੋਵੇ, ਔਰ ਫਿਰ ਉਹਦਾ ਵੀਡੀਓ ਬਣੇ, ਉਹ ਵੀਡੀਓ ਸੈਂਸਰ ਅਲੱਗ ਤੋਂ ਹੋਵੇ, ਤੇ ਆਡੀਓ ਦਾ ਵੀ ਸੈਂਸਰ ਜਿਹੜਾ ਹੈ ਉਹ ਪਹਿਲੇ ਲੈਣਾ ਚਾਹੀਦਾ ਰਾਈਟਿੰਗ 'ਚ। ਦਿਲਬਾਗ ਜੀ, ਇੱਕ ਤਜਵੀਜ਼ ਹੋਰ ਵੀ ਰੱਖੀ ਜਾ ਰਹੀ ਹੈ ਕਿ ਹੁਣ ਸਾਰੇ ਗਾਇਕਾਂ ਦੇ ਡੋਪ ਟੈਸਟ ਵੀ ਹੋਣਾ ਚਾਹੀਦਾ, ਅਗਰ ਉਹ ਕੋਈ ਵੀਡੀਓ ਐਲਬਮ ਲਾਂਚ ਕਰਨ ਜਾ ਰਹੇ ਉਸ ਤੋਂ ਪਹਿਲਾਂ ਉਹਦਾ ਡੋਪ ਟੈਸਟ ਹੋਏ, ਤੁਸੀਂ ਇਸ ਗੱਲ ਨਾਲ ਸਹਿਮਤ? ਬਿਲਕੁਲ ਹੋਣਾ ਚਾਹੀਦਾ, ਬਿਲਕੁਲ ਹੋਣਾ ਚਾਹੀਦਾ, ਮੈਂ ਤਾਂ ਸਹਿਮਤ ਹਾਂ, ਇਹਦੇ ਵਿੱਚ ਕੋਈ ਬੁਰਾਈ ਨਹੀਂ ਹੈ, ਪਰ ਇਹ ਤੁਸੀਂ ਆਪਣੇ ਸਾਡੀ ਜੋ ਡੈਮੋਕ੍ਰੇਸੀ ਹੈ ਉਹਦੇ ਖਿਲਾਫ਼ ਵੀ ਜਾਏਗਾ ਕਿ ਡੋਪ ਟੈਸਟ ਕੋਈ ਨਹੀਂ ਦੇਣਾ ਚਾਹੇ, ਤੁਸੀਂ ਉਹਨੂੰ ਜ਼ਬਰਦਸਤੀ ਨਹੀਂ ਕਰ ਸਕਦੇ ਹੋ, ਪਰ ਅਗਰ ਇਹ ਹੁੰਦਾ ਹੈ ਤਾਂ ਮੈਂ ਰੈਡੀ ਹਾਂ, ਮੇਰੇ ਨਾਲ ਕਾਫ਼ੀ ਲੋਕ ਰੈਡੀ ਵੀ ਹੋਣਗੇ ਜਿਹੜੇ ਨਹੀਂ ਕਰਦੇ ਨਸ਼ੇ ਇਹੋ ਜਿਹੇ, ਜੋ ਚਿੱਟਾ ਜਾਂ ਦੂਜੇ ਨਸ਼ੇ ਨਹੀਂ ਕਰਦੇ ਉਹ ਰੈਡੀ ਹੋਣਗੇ, ਬਿਲਕੁਲ ਜੋ ਕਰਦੇ ਨੇ ਉਹ ਓਬਵੀਅਸਲੀ ਗੱਲ ਉਹ ਓਬਜੈਕਸ਼ਨ ਕਰਨਗੇ। ਸੋ ਮੇਰੇ ਖਿਆਲ ਨਾਲ ਕਿ ਜਿਹੜੇ ਇਹ ਨਸ਼ੇ ਵਾਲੇ ਜੋ ਗਾਣੇ ਬਣਾਉਂਦੇ ਨੇ, ਜੋ ਨਸ਼ੇ ਕਰਕੇ ਗਾਣੇ ਗਾਉਂਦੇ ਨੇ ਔਰ ਗਾਣੇ ਹਿੱਟ ਦਿੰਦੇ ਪਏ ਨੇ, ਔਰ ਪੂਰੇ ਪੰਜਾਬ ਨੂੰ ਪਤਾ ਕਿ ਕਿਹੜੇ ਕਿਹੜੇ ਸਿੰਗਰ ਨੇ, ਕਿਹੜੇ ਕਿਹੜੇ ਸਿੰਗਰ ਜਿਹੜੇ ਨਸ਼ਾ ਕਰਦੇ ਨੇ, ਖੁੱਲ੍ਹਾ ਨਸ਼ਾ ਕਰਦੇ ਨੇ, ਔਰ ਉਹ ਬੋਲਦੇ ਨੇ ਮੈਂ ਤਾਂ ਪੀਂਦਾ ਹੈ, ਤੇ ਉਹਨਾਂ ਨੂੰ ਸਟੋਪ ਕਰਨ ਦੀ ਬਜਾਏ ਇਸ ਦੇ ਕਿ ਤੁਸੀਂ ਸਭ ਨੂੰ ਅਸੀਂ ਰੋਕੀਏ, ਸਭ ਤੋਂ ਪਹਿਲਾਂ ਉਹਨਾਂ ਦਾ ਡੋਪ ਟੈਸਟ ਹੋਣਾ ਚਾਹੀਦਾ ਹੈ ਜੋ ਇਹ ਕਰਦੇ ਪਏ ਨੇ। ਉਸ ਤੋਂ ਪਹਿਲਾਂ ਅਗਲਾ ਜਿਹੜਾ ਮੇਰਾ ਸਵਾਲ ਉਹ ਇਹ ਹੈ ਕਿ ਡੋਪ ਟੈਸਟ ਜੋ ਕਰਨਾ ਚਾਹੁੰਦੇ ਨੇ, ਜੋ ਸਰਕਾਰ 'ਚ ਬੈਠੇ ਨੇ ਲੋਕ, ਕਿ ਅਸੀਂ ਉਹਨਾਂ ਦਾ ਵੀ ਡੋਪ ਟੈਸਟ ਕਰਾਂਗੇ, ਕਿ ਅਸੀਂ ਜੋ ਉੱਥੇ ਜੋ MP MLA ਜੋ ਉੱਥੇ ਪੁਲਿਸ ਵਾਲੇ ਬੈਠੇ ਨੇ, ਕਿ ਆਪਾਂ ਪਹਿਲੇ ਉਹਨਾਂ ਦਾ ਡੋਪ ਟੈਸਟ ਕਰਾਂਗੇ, ਜੋ ਇਸ ਜੋ ਮਾਪਦੰਡ ਦੇਣਗੇ ਕਿ ਅਸੀਂ ਉਹਨਾਂ ਦਾ ਡੋਪ ਟੈਸਟ ਪਹਿਲੇ ਕਰਾਂਗੇ।
ਉਹਨਾਂ ਦਾ ਵੀ ਨਾਲ ਹੋਣਾ ਚਾਹੀਦਾ। ਬਿਲਕੁਲ ਬਿਲਕੁਲ ਬਿਲਕੁਲ, ਇਸ ਗੱਲ ਨਾਲ ਵੀ ਸਹਿਮਤੀ ਦੇਖਣੀ ਪਏਗੀ ਕਿ ਬਣਦੀ ਹੈ ਕਿ ਨਹੀਂ ਬਣਦੀ, ਲੇਕਿਨ ਫਿਲਹਾਲ ਹਜੇ ਤਜਵੀਜ਼ ਇਹ ਰੱਖੀ ਜਾ ਰਹੀ ਹੈ ਕਿ ਇੱਕ ਸੱਭਿਆਚਾਰ ਕਮੇਟੀ ਦੀ ਸ਼ੁਰੂਆਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਨਵਜੋਤ ਸਿੰਘ ਸਿੱਧੂ ਉਹਨਾਂ ਦੀ ਟੀਮ ਵੱਲੋਂ ਔਰ ਉਹਨਾਂ ਦੇ ਮਿਨਿਸਟਰੀ ਵੱਲੋਂ। ਇਹ ਇੱਕ ਤਜਵੀਜ਼ ਸੁਣਨ ਨੂੰ ਮਿਲ ਰਹੀ ਹੈ ਕਿ ਹਾਲ ਫਿਲਹਾਲ ਦੇ ਵਿੱਚ ਇੱਕ ਸੱਭਿਆਚਾਰ ਕਮੇਟੀ ਬਣਾਈ ਜਾਏਗੀ, ਲੇਕਿਨ ਤੁਹਾਡਾ ਸਵਾਲ ਬਣਦਾ ਉਸ ਕਮੇਟੀ ਨੂੰ ਕਿ ਤੁਸੀਂ ਸਾਨੂੰ ਇਹ ਦੱਸੋ ਕਿ ਵਲਗੈਰਿਟੀ ਕਿਹੜੀ ਹੈ, ਅਗਰ ਅਸੀਂ ਸ਼ਰਾਬ ਯੂਜ਼ ਕਰ ਰਹੇ ਹਾਂ ਜਾਂ ਫਿਰ ਅਸੀਂ ਕੁਝ ਹੋਰ ਨਸ਼ੇ ਦਾ ਨਾਮ ਲੈ ਰਹੇ ਹਾਂ ਜਾਂ ਫਿਰ ਅਸੀਂ ਕੋਈ ਅਜਿਹੇ ਸੀਨ ਦਿਖਾ ਰਹੇ ਹਾਂ ਜੋ ਕਿ ਫੈਮਲੀ ਦੇ ਵਿੱਚ ਬਹਿ ਕੇ ਨਹੀਂ ਵੇਖ ਸਕਦੇ, ਉਹ ਕਲੀਅਰ ਕਰੋ, ਤੁਸੀਂ ਇਹੀ ਕਹਿਣਾ ਚਾਹ ਰਹੇ ਹੋ? ਬਿਲਕੁਲ ਇਹੀ ਕਹਿਣਾ ਚਾਹੁੰਦਾ, ਨਾਲੇ ਦੋ ਚੀਜ਼ਾਂ ਇਹਦੇ ਵਿੱਚ, ਦੋ ਡਿਫਰੈਂਸਿਸ ਨੇ ਬੜੇ ਜ਼ਬਰਦਸਤ ਵਾਲੇ। ਪਹਿਲਾ ਹੈ ਪੌਪ, ਪਹਿਲਾਂ ਇੱਕ ਹੈ ਫੋਕ, ਜਿਹੜਾ ਫੋਕ ਹੈ ਉਹਦੇ ਵਿੱਚ ਇਹ ਚੀਜ਼ਾਂ ਚੱਲਣ ਹੋਣੀਆਂ ਚਾਹੀਦੀਆਂ ਕਿ ਅਸੀਂ ਇਸ ਬਾਰੇ ਗੱਲ ਨਾ ਕਰੀਏ। ਪਰ ਜਿਹੜਾ ਪੌਪ ਅਸਾਈਨਮੈਂਟ ਹੈ ਉਹ ਅਲੱਗ, ਉਹ ਡਿਫਰੈਂਟ ਜ਼ੋਨ ਹੈ, ਉਹ ਡਿਫਰੈਂਟ ਚੀਜ਼ ਹੈ। ਉਹ ਪੌਪ ਅਸਾਈਨਮੈਂਟ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਕੋਈ ਰੋਕ ਪਾਏਗਾ ਜਾਂ ਰੋਕ ਸਕਣਗੇ, ਕਿਉਂਕਿ ਮੈਨੂੰ ਲੱਗਦਾ ਨਹੀਂ ਪੋਸੀਬਿਲਿਟੀਜ਼ ਇਹੋ ਜਿਹੀਆਂ ਹੈ ਨਹੀਂ, ਪਰ ਅਗਰ ਹੋ ਜਾਣ ਤਾਂ ਨਥਿੰਗ ਮੈਟਰ। ਚਲੋ ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਦਿਲਬਾਗ ਜੀ, ਜਿਹੜਾ ਟੂਰ ਤੁਸੀਂ ਕਰਨ ਜਾ ਰਹੇ ਹੋ ਉਹ ਵੀ ਤੁਹਾਡਾ ਵਧੀਆ ਹੋਏ, ਹੈਪੀ ਜਰਨੀ। ਥੈਂਕ ਯੂ ਵੈਰੀ ਮਚ, ਸ਼ੁਕਰੀਆ, ਥੈਂਕ ਯੂ ਵੈਰੀ ਮਚ। ਅਤੇ ਦਿਲਬਾਗ ਸਿੰਘ ਆਪਣਾ ਕੀਮਤੀ ਸਮਾਂ ਇਹਨਾਂ ਨੇ ਕੱਢਿਆ, ਇਹ ਫਿਲਹਾਲ ਏਅਰਪੋਰਟ ਦੇ ਵਿੱਚ ਸੀਗੇ, ਹੀ ਇਜ਼ ਗੋਇੰਗ ਫੋਰ ਅ ਸ਼ੋਅ, ਲੇਕਿਨ ਸਾਨੂੰ ਇਹਨਾਂ ਨੇ ਟਾਈਮ ਦਿੱਤਾ, ਇਹਨਾਂ ਨੇ ਕਿਹਾ ਕਿ ਮੈਂ ਜ਼ਰੂਰ ਇਸ ਮੁਤਲਕ ਆਪਣੇ ਵਿਚਾਰ ਦੇਣਾ ਚਾਹਾਂਗਾ। ਔਰ ਕਹਿ ਰਹੇ ਨੇ ਕਿ ਕਮੇਟੀ ਨੂੰ ਇਹ ਸਾਫ਼ ਕਰਨਾ ਚਾਹੀਦਾ ਕਿ ਕਿਹੜੇ ਕਿਹੜੇ ਵਰਡ ਅਸੀਂ, ਕਿਹੜੇ ਕਿਹੜੇ ਸ਼ਬਦਾਵਲੀ ਅਸੀਂ ਯੂਜ਼ ਕਰਦੇ ਹਾਂ, ਨਹੀਂ ਕਰ ਸਕਦੇ। ਲੇਕਿਨ ਖੁਸ਼ਰੇ ਆਮ ਅੱਜ ਕੱਲ੍ਹ ਤਾਂ ਜੋ ਵੀ ਪੰਜਾਬ ਦੇ ਵਿੱਚ ਥੋੜ੍ਹਾ ਬਹੁਤ ਗਾਣਾ ਜਾਣਦਾ ਜਾਂ ਫਿਰ ਥੋੜ੍ਹੀ ਬਹੁਤ ਗਾਇਕੀ ਦੀ ਸਮਝ ਰੱਖਦਾ, ਉਹ ਸ਼ੁਰੂਆਤ ਹੀ ਅਜਿਹੇ ਗਾਣਿਆਂ ਤੋਂ ਕਰਦਾ ਹੈ, ਚਾਹੇ ਹੁਣ ਸਾਡੇ ਆਈਡਲਸ ਵੀ ਹੋਣ ਜਿਨ੍ਹਾਂ ਨੂੰ ਅਸੀਂ ਪੰਜਾਬੀ ਗਾਇਕੀ ਦੇ ਆਈਡਲਸ ਵੀ ਮੰਨਦੇ ਹਨ। ਕਈ ਸਿੰਗਰਸ ਅਜੇ ਵੀ ਹਨ ਜਿਨ੍ਹਾਂ ਨੇ ਸ਼ੁਰੂਆਤ ਤਾਂ ਪਹਿਲੇ ਇਹਨਾਂ ਸੌਂਗਸ ਦੇ ਨਾਲ ਕੀਤੀ, ਇਹਨਾਂ ਗਾਇਕੀ ਦੇ ਨਾਲ ਕੀਤੀ, ਜਿਹਦੇ ਵਿੱਚ ਉਹਨਾਂ ਨੇ ਹਥਿਆਰ ਦੀ, ਸ਼ਰਾਬ ਦੀ, ਚਿੱਟੇ ਦੀ, ਉਹ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਜੋ ਪੰਜਾਬੀ ਇਹ ਪੰਜਾਬੀ ਕਰਦਾ, ਪੰਜਾਬੀ ਦਾ ਰਹਿਣ ਦਾ ਸਟਾਈਲ ਹੈ, ਦਿਸ ਇਜ਼ ਯੂ ਨੋ ਵਟ ਹਾਓ ਪੰਜਾਬੀ ਫੀਲਸ ਐਂਡ ਦਿਸ ਇਜ਼ ਵਟ ਪੰਜਾਬੀ ਯੂ ਨੋ ਇਨਟੇਕ, ਉਹ ਇਨਟੇਕ ਕਰਦਾ ਇਹਨਾਂ ਚੀਜ਼ਾਂ ਨੂੰ। ਕੀ ਲੱਗਦਾ ਤੁਹਾਨੂੰ ਵੀ ਇਹ ਗੱਲ ਕਿ ਜਿਹੜੀ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅੱਜ ਸਮਾਜ ਦੇ ਵਿੱਚ, ਇਹ ਤਸਵੀਰ ਹੈਗੀ ਪੰਜਾਬੀਆਂ ਦੀ, ਉਹ ਪੰਜਾਬੀ ਜਿਹੜਾ ਲੱਗਿਆ ਹੋਇਆ ਨਸ਼ੇ ਨੂੰ ਰੋਕ ਕੇ, ਤੁਸੀਂ ਲੱਗੇ ਹੋਏ ਹੋ ਕਿ ਕਿਸੇ ਤਰੀਕੇ ਨਾਲ ਪੰਜਾਬ ਖੁਸ਼ਹਾਲ ਹੋਏ, ਲੇਕਿਨ ਇੱਕ ਪਾਸੇ ਦੂਜੇ ਪਾਸੇ ਇਹ ਵੀ ਤਸਵੀਰ ਹੈ ਧੁੰਦਲੀ, ਜਿਹੜੀ ਕਿ ਦਿਖਾਉਣ ਦੀ ਕੋਸ਼ਿਸ਼ ਕਰ ਰਹੀ ਹੈ ਸਾਡੇ ਸੱਭਿਆਚਾਰ ਨੂੰ ਮਿਟਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਸਾਡੀ ਵਿਰਾਸਤ ਨੂੰ ਮਿਟਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਸਾਡੇ ਵਿਰਸੇ ਨੂੰ। ਇਸੇ ਮੁਤਲਕ ਅਸੀਂ ਇਹ ਵਿਚਾਰ ਵਟਾਂਦਰਾ ਜਾਰੀ ਰੱਖਿਆ ਹੋਇਆ। ਬ੍ਰੇਕ ਤੋਂ ਬਾਅਦ ਵੀ ਮੈਂ ਇੱਕ ਸਿੰਗਰ ਹੋਰ ਨੇ ਰੈਪ ਹਿਪ ਹੋਪ ਕਰਦੇ ਨੇ, ਉਹਨਾਂ ਨੂੰ ਵੀ ਲੈਣ ਦੀ ਕੋਸ਼ਿਸ਼ ਕਰ ਰਹੇ ਹਾਂ, ਵੀ ਆਰ ਟਰਾਇੰਗ ਦਿਲਜੀਤ ਦੋਸਾਂਝ, ਉਹਨਾਂ ਨੂੰ ਵੀ ਲੈਣ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ, ਉਹ ਵੀ ਕਿਤੇ ਏਅਰਪੋਰਟ ਦੇ ਵਿੱਚ ਨੇ, ਕਨੈਕਸ਼ਨ ਸਾਡਾ ਹੋ ਨਹੀਂ ਪਾ ਰਿਹਾ, ਵਿਲ ਟਰਾਈ ਟੂ ਗੈਟ ਦੈਮ ਓਨ ਫੋਨ ਐਂਡ ਵਿਲ ਟੇਕ ਦੇਅਰ ਰਿਐਕਸ਼ਨ ਆਲਸੋ ਓਨ ਦਿਸ ਟੋਪਿਕ ਟੂਡੇ। ਵੀ ਵਿਲ ਬੀ ਰਾਈਟ ਬੈਕ ਆਫਟਰ ਦਿਸ ਸ਼ੋਰਟ ਬ੍ਰੇਕ, ਆ ਰਹੇ ਨਿੱਕੇ ਜਿਹੇ ਵਕਫੇ ਤੋਂ ਬਾਅਦ।